ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਨਾਲ ਦੀ ਨਾਲ ਗੁੱਡ ਮਾਰਨਿੰਗ। ਜੇਕਰ ਤੁਸੀਂ ਸਾਡਾ ਪਿਛਲਾ ਵਲੌਗ ਦੇਖਿਆ ਤਾਂ ਤੁਹਾਨੂੰ ਪਤਾ ਹੋਏਗਾ ਕਿ ਅਸੀਂ ਆਏ ਹੋਏ ਸੀ ਕਸੌਲੀ। ਕੱਲ੍ਹ ਸਾਡਾ ਸੀ ਫਸਟ ਡੇ ਕਸੌਲੀ ਦੇ ਵਿੱਚ ਅਤੇ ਅੱਜ ਸਾਡਾ ਸੈਕਿੰਡ ਡੇ ਹੈ। ਜਿਹੜੀ ਸਾਡੀ ਜਗ੍ਹਾ ਰਹਿ ਗਈਆਂ ਨੇ ਘੁੰਮਣ ਵਾਲੀਆਂ ਕਸੌਲੀ ਦੇ ਵਿੱਚ, ਅੱਜ ਅਸੀਂ ਉਹ ਵਿਜ਼ਿਟ ਕਰਾਂਗੇ। ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਵੀਡੀਓ ਥੱਲੇ ਨਾ ਭੁੱਲਿਓ। ਇਹ ਅਸੀਂ ਹੋਟਲ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਇਹ 'ਚ ਅਸੀਂ ਰੁਕੇ ਸੀ, ਔਨਲਾਈਨ ਬੁੱਕ ਕੀਤਾ ਸੀ ਜੀ ਅਸੀਂ ਇਹ ਹੋਟਲ। ਇਸ ਹੋਟਲ ਅਸੀਂ ਇਸ ਕਰਕੇ ਚੂਜ਼ ਕੀਤਾ ਕਿਉਂਕਿ ਇੱਥੇ ਵਿਊਜ਼ ਬਹੁਤ ਸੋਹਣੇ ਆਉਂਦੇ ਨੇ। ਸਾਹਮਣੇ ਤੁਸੀਂ ਉਹ ਮੰਦਿਰ ਦੇਖ ਸਕਦੇ ਹੋ, ਹਨੂੰਮਾਨ ਜੀ ਦਾ ਮੰਦਿਰ ਆ, ਉਹ ਮੰਕੀ ਪੁਆਇੰਟ ਬੋਲਦੇ ਨੇ ਉਹਨੂੰ। ਅਤੇ ਇੱਥੇ ਦਾ ਸਭ ਤੋਂ ਉੱਚਾ ਹਨੂੰਮਾਨ ਜੀ ਦਾ ਮੰਦਿਰ ਹੈ। ਦੇਖੋ ਕਿੰਨੇ ਸੋਹਣੇ ਪਹਾੜ, ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਰਾਮ ਰਾਮ, ਆਦਾਬ, ਗੁੱਡ ਮੋਰਨਿੰਗ ਜੀ। ਅੱਜ ਆ ਜੀ 20 ਜੂਨ, 20 ਜੂਨ ਵਾਲੇ ਦਿਨ ਤੁਹਾਡੇ ਆਪਣੇ ਪ੍ਰਿੰਸ ਦੀਪ ਸਿੰਘ ਦਾ ਹੋਇਆ ਸੀ ਵਿਆਹ, ਅਸੀਂ ਵੀ ਹੋਏ ਸੀ ਅੱਜ ਬਹੂ ਵਾਲੇ ਜੀ, ਅਤੇ ਸਿਹਰੇ ਬੰਨ ਕੇ ਢੁੱਕੇ ਸੀ ਸ਼ਹਿਰ ਪਟਿਆਲੇ ਦੇ ਵਿੱਚ। ਸਾਨੂੰ ਦੇਖਣ ਵਾਲੇ ਜਿੰਨੇ ਵੀ ਦਰਸ਼ਕ ਨੇ ਜੀ, ਅੱਜ ਉਹਨਾਂ ਸਾਰਿਆਂ ਦਾ ਕਰਾਉਂਦੇ ਹਾਂ ਮੂੰਹ ਮਿੱਠਾ, ਨਾਲੇ ਕਰਦੇ ਹਾਂ ਬ੍ਰੇਕਫਾਸਟ ਜੀ। ਸਾਰੇ ਜਣੇ ਚੱਲਦੇ ਹਾਂ, ਮੂੰਹ ਮਿੱਠਾ ਕਰਦੇ ਹਾਂ, ਨਾਲੇ ਕਰਦੇ ਹਾਂ ਬ੍ਰੇਕਫਾਸਟ ਜੀ। ਆਓ ਚੱਲੀਏ ਜੀ। ਹੋਟਲ 'ਚੋਂ ਆ ਕੇ ਅਸੀਂ ਆਏ ਹਾਂ ਬ੍ਰੇਕਫਾਸਟ ਕਰਨ ਲਈ। ਇਸ ਸ਼ੋਪ 'ਤੇ ਨਾਮ ਹੈ ਟੇਸਟੀ ਟ੍ਰੀਟ। ਕਰਦੇ ਹਾਂ ਬ੍ਰੇਕਫਾਸਟ। ਕੀ ਹੈ ਬ੍ਰੇਕਫਾਸਟ? ਇਹਨਾਂ ਕੋਲ ਪਰੌਂਠਾ ਅਤੇ ਚਾਹ ਗਰਮਾ ਗਰਮ, ਅਤੇ ਮੂੰਹ ਮਿੱਠੇ ਲਈ ਸਿਰਫ ਮਿਲਿਆ ਆਪਾਂ ਨੂੰ ਮੰਚ, ਇਹੀ ਖਾਂਦੇ ਹਾਂ ਚੋਕਲੇਟ। ਇਹਦੇ ਨਾਲ ਕਰਦੇ ਹਾਂ ਮੂੰਹ ਮਿੱਠਾ ਜੀ। ਬ੍ਰੇਕਫਾਸਟ ਰੈਡੀ ਹੈ ਜੀ, ਆ ਗਿਆ ਆਪਣੇ ਕੋਲ, ਆ ਜਾਓ ਖਾਈਏ, ਆਪਾਂ ਸ਼ੁਰੂ ਕਰੀਏ ਜੀ। ਬ੍ਰੇਕਫਾਸਟ ਅਸੀਂ ਕਰ ਲਿਆ ਜੀ, ਹੁਣ ਆਪਾਂ ਚੱਲਦੇ ਹਾਂ ਕਸੌਲੀ ਨੂੰ ਘੁੰਮਣ, ਅਤੇ ਬਣੇ ਰਹੋ ਸਾਡੇ ਨਾਲ ਪੂਰੀ ਵੀਡੀਓ ਦੇ ਵਿੱਚ। ਇਹ ਆ ਗਏ ਜੀ ਆਪਾਂ ਚਰਚ ਘੁੰਮਣ। 1844 ਦੀ ਚਰਚ ਬਣੀ ਹੋਈ ਆ, ਇਹ ਮੇਨ ਗੇਟ ਹੈ ਇਸਦਾ, ਇਹ ਐਂਟਰੀ ਅੰਦਰ ਨੂੰ, ਇਹ ਆ ਚਰਚ ਬਣੀ ਹੋਈ, ਬਹੁਤ ਪੁਰਾਣੀ ਹੈ। ਦੇਖੋ ਕਿੰਨੇ ਲੋਕ ਆਏ ਹੋਏ ਨੇ ਘੁੰਮਣ ਆਪਣੀ ਫੈਮਿਲੀਜ਼ ਦੇ ਨਾਲ, ਵਕੇਸ਼ਨ ਦਾ ਇੰਜੋਏ ਕਰ ਰਹੇ ਨੇ। ਬਹੁਤ ਸੋਹਣੀ ਹੈ ਇਹ, ਕਿਹਾ ਜਾਂਦਾ ਹੈ ਕਿ ਆਪਣੀ ਜਿਹੜੀ ਚਰਚ ਬਣੀ ਹੋਈ ਹੈ, ਇਹ ਸ਼ਿਮਲੇ ਦੀ ਜਿਹੜੀ ਚਰਚ ਹੈ ਉਹ ਤੋਂ ਵੀ ਪੁਰਾਣੀ ਚਰਚ ਬਣੀ ਹੈ, ਮਤਲਬ ਕਹਿ ਸਕਦੇ ਹਾਂ ਹਿਮਾਚਲ ਪ੍ਰਦੇਸ਼ ਦੀ ਸਭ ਤੋਂ ਪੁਰਾਣੀ ਚਰਚ ਹੈ। ਆ ਪਾਰਕਿੰਗ, ਇਹ ਸਾਹਮਣੇ ਪਾਰਕਿੰਗ ਹੈ, ਪਾਰਕਿੰਗ ਦੇ ਸਾਹਮਣੇ ਬਿਲਕੁਲ ਚਰਚ ਬਣੀ ਹੈ। ਹੁਣ ਜੀ ਆਪਾਂ ਘੁੰਮ ਲਈ ਚਰਚ, ਤੇ ਹੁਣ ਆਪਾਂ ਚੱਲਦੇ ਚਰਚ ਤੇ ਨਾਲ ਬਣੀ ਹੋਈ ਮਾਰਕੀਟ। ਕਾਫੀ ਅੱਗੇ ਕਾਰਾਂ ਖੜੀਆਂ ਨੇ, ਬਹੁਤ ਸੋਹਣੀ ਮਾਰਕੀਟ ਬਣੀ ਹੈ। ਕਸੌਲੀ ਦੇ ਵਿੱਚ ਆ ਕੇ ਤੁਹਾਨੂੰ ਪਹਿਲਾਂ ਹੀ ਪਾਰਕਿੰਗ ਕਰਨੀ ਪੈਂਦੀ ਹੈ ਆਪਣੇ ਵਹੀਕਲ ਦੀ, ਆਊਟਸਾਈਡਰ ਸਾਰੇ ਵਹੀਕਲ ਬੰਦ ਮਨਾ ਨੇ ਕਿਉਂਕਿ ਸਾਰਾ ਇਹ ਕੰਟੋਨਮੈਂਟ ਏਰੀਆ। ਜਿੰਨੀ ਵੀ ਇਹ ਜਗ੍ਹਾ ਆ ਇਹ ਸਾਰੀ ਨਾ ਪੈਦਲ ਘੁੰਮਣੀ ਪੈਂਦੀ ਆ। ਸਾਹਮਣੇ ਸ਼ੋਪ ਆ ਗਈ ਵੈਜੀਟੇਬਲ ਦੀ, ਫਰੂਟ ਦੀ, ਜੇ ਵੈਜੀਟੇਬਲ ਫਰੂਟ ਲੈਣਾ ਤੁਸੀਂ ਉਹ ਲੈ ਸਕਦਾ ਆ। ਸਾਰਾ ਪੈਦਲ ਘੁੰਮਣ ਵਾਲਾ ਆ ਜਿੰਨਾ ਵੀ ਆ ਇਹ ਏਰੀਆ। ਸਾਹਮਣੇ ਚਾਹ ਦੀ ਸਟਾਲ ਆ ਗਈ, ਚਾਹ ਵਗੈਰਾ ਪੀਣੀ, ਚਾਹ ਸਾਰੀ ਮਾਰਕੀਟ ਆ ਇਹ।
ਅਸੀਂ ਕੋਈ ਬ੍ਰੇਕਫਾਸਟ ਜਾਂ ਲੰਚ ਵਗੈਰਾ ਕਰਨਾ ਜਾਂ ਕੋਈ ਚਾਈਨੀਜ਼ ਫੂਡ ਖਾਣਾ ਹੈ ਤਾਂ ਉਹ ਅਸੀਂ ਇੱਥੇ ਖਾ ਸਕਦੇ ਹਾਂ। ਪਹਾੜੋਂ ਕੀ ਮੈਗੀ, ਉਹਦੇ ਉੱਤੇ ਲਿਖਿਆ ਹੋਇਆ ਪਹਾੜੋਂ ਕੀ ਮੈਗੀ, ਬੰਦੇ ਇੰਜੋਏ ਕਰ ਰਹੇ ਨੇ, ਖਾ ਰਹੇ ਨੇ। ਆਇਕੋ ਜਿਵੇਂ ਤਿੱਬਤੀ ਆ, ਤੁਸੀਂ ਭੂਟਾਨ ਸਾਈਡ ਜਾਂਦੇ ਤਾਂ ਇੱਦਾਂ ਦੇ ਬੁੱਧੀਜ਼ਮ ਦੇ ਝੰਡੇ ਲੱਗੇ ਹੁੰਦੇ ਨੇ। ਟੇਸਟ ਆਫ ਤਿੱਬਤ ਆ ਦੇਖੋ, ਕਾਫੀ ਮਾਰਕੀਟਸ ਲੱਗੀਆਂ ਹੋਈਆਂ, ਇੱਥੇ ਅਸੀਂ ਗੋਗਲ ਬਾਏ ਕਰ ਸਕਦੇ ਹਾਂ। ਇੱਕ ਕਨਫੈਕਸ਼ਨਰੀ ਸ਼ੋਪ ਅਤੇ ਬੱਚੇ ਲਈ ਉਸ ਖਰੀਦਣਾ ਹੋਵੇ ਉਹਨਾਂ ਦੀ ਸ਼ੋਪ। ਇਹ ਆ ਗਿਆ ਜੀ ਧਿਆਨ ਚੰਦ ਚੌਂਕ। ਧਿਆਨ ਚੰਦ ਹਾਕੀ ਦੇ ਬਹੁਤ ਹੀ ਅੱਗੇ ਖਿਡਾਰੀ ਸੀ, ਉਹਨਾਂ ਦੀ ਯਾਦ ਵਿੱਚ ਇਹ ਚੌਂਕ ਬਣਾਇਆ ਹੋਇਆ ਅਤੇ ਉਹਨਾਂ ਸਟੈਚੂ ਲੱਗਿਆ। ਇਸ ਦੇ ਰਾਈਟ ਸਾਈਡ 'ਤੇ ਅਸੀਂ ਦੇਖੋਗੇ ਤਾਂ ਹੈਰੀਟੇਜ ਮਾਰਕੀਟ ਹੈ, ਓਲਡ ਹੈਰੀਟੇਜ ਮਾਰਕੀਟ, ਉਹਦੇ ਨੂੰ ਆਪਾਂ ਚੱਲਦੇ ਹਾਂ। ਹੈਰੀਟੇਜ ਮਾਰਕੀਟ ਤੋਂ ਪਹਿਲਾਂ ਜ਼ਿਆਦਾਤਰ ਇਹ ਜਿਹੜਾ ਏਰੀਆ ਸਾਰਾ ਆਰਮੀ ਆਰਮੀ ਜਿਹੜੇ ਆਫਿਸਰਸ ਨੇ ਉਹਨਾਂ ਦੀ ਰੈਜ਼ੀਡੈਂਸ਼ੀਅਲ ਹੈ, ਉਹਨਾਂ ਦੇ ਸਾਰੇ ਅੰਡਰ ਆਉਂਦਾ। ਆਹ ਬੋਰਡ ਆ ਗਿਆ, ਚਲੋ ਪੜ੍ਹਦੇ ਹਾਂ ਕੀ ਲਿਖਿਆ ਹੋਇਆ। ਕੈਂਟ ਬੋਰਡ ਕਸੌਲੀ ਓਲਡ ਹੈਰੀਟੇਜ ਮਾਰਕੀਟ ਅਤੇ ਨਿਊ ਮਾਰਕੀਟ ਮੈਡੀਟੇਸ਼ਨ ਪੁਆਇੰਟ। ਆ ਗਈ ਜੀ ਹੈਰੀਟੇਜ ਮਾਰਕੀਟ, ਚਲੋ ਚੱਲਦੇ ਅੰਦਰ। ਇੱਕ ਨਾ ਉਰੇ ਬਾਂਦਰ ਬਹੁਤ ਨੇ, ਇਹਨਾਂ ਤੋਂ ਥੋੜ੍ਹਾ ਬਚ ਕੇ ਰਹਿਣਾ, ਬਹੁਤ ਧਿਆਨ ਰੱਖਣਾ ਦਾ। ਐਂਟਰੀ ਕਰਕੇ ਆਪਾਂ ਇਹ ਆ ਜੀ ਮਾਰਕੀਟ ਸਟਾਰਟਿੰਗ ਹੋ ਗਈ ਹੈ। ਇਹ ਸ਼ੋਪਸ ਨੇ ਉਰੇ ਬਣੀਆਂ ਹੋਈਆਂ ਦੁਕਾਨਾਂ, ਲੱਕੜ ਦਾ ਸਮਾਨ ਬਣਦਾ ਬਣਿਆ ਹੋਇਆ ਬਹੁਤ ਜ਼ਿਆਦਾ। ਤੁਸੀਂ ਆਪਣੇ ਕੋਈ ਚੀਜ਼ ਖਰੀਦਣੀ ਹੈ, ਇਹ ਕੁਛ ਖਾਣਾ ਪੀਣਾ ਉਹ ਖਾ ਪੀ ਵੀ ਸਕਦੇ ਹੋ। ਬਸ ਬਾਂਦਰਾਂ ਦਾ ਫੁੱਲ ਧਿਆਨ ਰੱਖਣਾ ਤੁਸੀਂ, ਇਹ ਬਹੁਤ ਜ਼ਿਆਦਾ ਹੁੰਦੇ। ਕਾਫੀ ਢਾਬੇ ਹੈਗੇ ਨੇ ਇੱਥੇ, ਪਰ ਤੁਹਾਨੂੰ ਜ਼ਿਆਦਾਤਰ ਇੱਥੇ ਚਾਈਨੀਜ਼ ਆਈਟਮਸ ਮਿਲਣਗੇ। ਲੇਡੀਜ਼ ਲਈ ਕੋਈ ਸ਼ੋਪਿੰਗ ਜਿਵੇਂ ਪਰਸ ਵਗੈਰਾ ਨੇ, ਕਾਫੀ ਕੈਫੇ ਆਉਂਦੇ ਨੇ। ਆ ਮੈਡੀਕਲ ਸ਼ੋਪ ਹੈ, ਬ੍ਰੇਕਫਾਸਟ ਲੰਚ ਡਿਨਰ ਸ਼ੂਜ਼ ਵਗੈਰਾ ਨੇ, ਲੇਡੀਜ਼ ਦੇ ਸ਼ੂਜ਼ ਪਹਿਨੇ ਨੇ, ਬੂਟ ਉਹ ਖਰੀਦਣੇ ਤੁਸੀਂ ਉਹ ਖਰੀਦ ਸਕਦੇ ਹੋ। ਇੱਥੇ ਸ਼ੋਲਸ ਆ ਗਏ, ਅਸੀਂ ਸ਼ੋਲਸ ਬਾਏ ਕਰਨਾ ਚਾਹੁੰਦੇ ਹਾਂ ਤਾਂ ਸ਼ੋਲਸ ਬਾਏ ਕਰ ਸਕਦੇ। ਹੈਟਸ ਆ ਗਈਆਂ, ਦੇਖੋ ਮਤਲਬ ਰੇਟ ਤੁਸੀਂ ਬਾਰਗੇਨਿੰਗ ਆਪਣੇ ਹਿਸਾਬ ਨਾਲ ਕਰ ਸਕਦੇ ਹੋ। ਜਿਹਨੇ ਜ਼ਰੂਰਤ ਦਾ ਨਾ ਹਰ ਇੱਕ ਸਮਾਨ ਉਦੋਂ ਮਿਲ ਜਾਂਦਾ ਆ, ਜੇ ਤੁਹਾਨੂੰ ਕੋਈ ਲੋੜ ਪੈਂਦੀ ਆ ਸਮਾਨ ਦੀ ਆਪਾਂ ਖਰੀਦ ਸਕਦੇ ਹਾਂ। ਛੋਟੀ ਜਿਹੀ ਮਾਰਕੀਟ ਬਣੀ ਹੋਈ ਆ, ਬਹੁਤ ਸੋਹਣੀ ਮਾਰਕੀਟ ਬਣੀ ਹੋਈ ਆ, ਪੁਰਾਣੀ ਜਿਹੀ ਲੋਕਾਂ ਦੀ ਹੈਰੀਟੇਜ ਮਾਰਕੀਟ ਕਹਿੰਦੇ ਨੇ ਇਹਨੂੰ, ਬਹੁਤ ਸੋਹਣੀ ਬਣੀ ਹੋਈ ਆ ਇਹ। ਇਹ ਜਿਹੜਾ ਸਾਹਮਣੇ ਤੁਸੀਂ ਰੋਡ ਦੇਖ ਰਹੇ ਹੋ ਇਹ ਮੈਡੀਟੇਸ਼ਨ ਪੁਆਇੰਟ ਲਈ ਜਾਂਦਾ, ਹੈਰੀਟੇਜ ਮਾਰਕੀਟ ਹੈ ਸਾਰੀ ਸਾਰੀ ਮਾਰਕੀਟ ਆ ਇਹ ਹੈਰੀਟੇਜ ਮਾਰਕੀਟ। ਉੱਧਰੋਂ ਸ਼ੁਰੂ ਹੁੰਦੀ ਉਰੇ ਆ ਕੇ ਅਤੇ ਫਿਰ ਇੱਧਰ ਚਲੇ ਜਾਂਦੀ ਆ ਇਹ। ਉਹ ਆ ਗਿਆ ਸਾਹਮਣੇ, ਅਸੀਂ ਪਹੁੰਚ ਗਏ ਜੀ ਨਵੀਂ ਪਲੇਸ 'ਤੇ, ਮੈਡੀਟੇਸ਼ਨ ਪੁਆਇੰਟ ਕਿਹਾ ਜਾਂਦਾ ਹੈ। ਉਹ ਰਿਹਾ ਜੀ ਸਾਹਮਣੇ, ਜਾ ਕੇ ਦੇਖਦੇ ਹਾਂ।
ਜਾਣੀ ਉਰੇ ਰਿਕ ਜਿਹੜਾ ਪੁਆਇੰਟ ਬਣਿਆ ਹੋਇਆ ਆ ਉੱਥੋਂ ਨਾ ਵਿਊ ਜਿਹੜੇ ਦਿੰਦੇ ਨੇ ਆਲੇ ਦੁਆਲੇ 'ਤੇ ਬਹੁਤ ਸੋਹਣੇ ਵਿਊ ਦਿੰਦੇ ਨੇ ਬਹੁਤ ਸੋਹਣੇ ਦਿੰਦੇ ਨੇ ਆ ਇੱਕ ਬੱਚੇ ਦੇ ਝੂਲੇ ਲਗਾਏ ਹੋਏ ਨੇ ਵਿਊ ਦੀ ਕੋਈ ਕਮੀ ਨਹੀਂ ਹੈਗੀ ਇੱਥੋਂ ਸਾਹਮਣੇ ਸ਼ਹਿਰ ਹੈ ਆ ਸਾਰਾ ਕਸੌਲੀ ਇਹ ਜੀ ਮੈਡੀਟੇਸ਼ਨ ਪੁਆਇੰਟ ਦੇ ਵਿੱਚ ਮੈਂ ਓਪਨ ਜਿੰਮ ਬਣੀ ਹੋਈ ਹੈ ਜੇਕਰ ਤੁਸੀਂ ਛੱਲੀਆਂ ਦਾ ਆਨੰਦ ਲੈਣਾ ਚਾਹੋ ਤਾਂ ਖਾ ਸਕਦੇ ਹੋ ਸਾਹਮਣੇ ਬਹੁਤ ਉੱਚੇ ਉੱਚੇ ਪਹਾੜ ਨੇ ਅਤੇ ਸਾਹਮਣੇ ਅਸੀਂ ਕਸੌਲੀ ਸ਼ਹਿਰ ਅਤੇ ਉਸਦੇ ਨਾਲ ਲੱਗਦੇ ਸ਼ਹਿਰ ਵੀ ਦੇਖ ਸਕਦੇ ਹਾਂ ਬੈਗ ਸਾਡੇ ਤਿਆਰ ਨੇ ਹੁਣ ਅਸੀਂ ਚੱਲੇ ਹਾਂ ਵਾਪਸ ਅਤੇ ਵਲੌਗ ਕਰਨ ਲੱਗਿਆ ਬੰਦ ਸਾਨੂੰ ਆਸ ਹੈ ਕਿ ਤੁਹਾਨੂੰ ਸਾਡੀ ਕਸੌਲੀ ਦੇ ਦੋਹੇ ਵਲੌਗ ਬਹੁਤ ਵਧੀਆ ਲੱਗੇ ਹੋਣਗੇ ਜੇ ਵਧੀਆ ਲੱਗੇ ਨੇ ਤਾਂ ਕਮੈਂਟ ਵੀ ਜ਼ਰੂਰ ਦੱਸਿਓ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਅਤੇ ਵਲੌਗ ਨੂੰ ਕਰਦੇ ਹਾਂ ਬੰਦ ਜੀ